ਅਸਲਾਮ ਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਬੁੱਧ ਆ ਤੇ ਇਸ ਟਾਈਮ ਸਿਆਲਕੋਟ ਦੇ ਨਵੇਂ ਵਪਾਰੀ ਅਲੀ ਗੁੱਜਰ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਅਲੀ ਸਾਹਿਬ ਦੋਸਤਾਂ ਵਾਸਤੇ ਅੱਛੀ ਨਸਲ ਤੇ ਮੁਨਾਸਬ ਕੀਮਤ ਦੇ ਜਾਨਵਰ ਲੈ ਕੇ ਆਏ ਨੇ। ਅੱਜ ਦੀ ਇਸ ਵੀਡੀਓ 'ਚ ਟੋਟਲ 3 ਮੱਝਾਂ, ਇਸ ਤੋਂ ਇਲਾਵਾ 2 ਗਾਵਾਂ ਤੇ ਇੱਕ ਛੋਟੀ ਵੱਛੀ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 1,10,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਸਾਰੇ ਦੋਸਤਾਂ ਕੀ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਹੈ। ਅਲੀ ਭਾਈ ਆਓ ਜੀ ਸਾਹਮਣੇ ਜੀ। ਵਾਲੇਕੁਮ ਸਲਾਮ ਜੀ ਭਾਈ ਅਲੀ, ਕੀ ਹਾਲ ਹੈ? ਠੀਕ ਹੋ? ਸ਼ੁਕਰ ਹੈ। ਅੱਲਾਹ ਪਾਕ ਦਾ ਬੜਾ ਸ਼ੁਕਰ। ਮਾਜ਼ਰਤ ਚਾਹੁੰਦੇ ਹਾਂ, ਕਾਫੀ ਦਿਨਾਂ ਤੋਂ ਤੁਸੀਂ ਰਾਬਤੇ 'ਚ ਹੋ ਤੇ ਕੋਈ ਟਾਈਮ ਨਹੀਂ ਮੈਨੇਜ ਹੁੰਦਾ ਪਿਆ ਤੇ ਅੱਜ ਆਏ ਹਾਂ ਜਨਾਬ ਦੇ ਡੇਰੇ ਤੇ। ਕੋਸ਼ਿਸ਼ ਕਰਨੀ ਹੈ ਭਾਈ ਜਾਨ, ਇਹ ਨਵਾਂ ਕੰਮ ਹੈ, ਨਾਲ ਤੁਸੀਂ ਦੁੱਧ ਦਾ ਕੰਮ ਕਰਦੇ ਹੋ। ਰੇਟ ਜਿਹੜੇ ਤੁਸੀਂ ਦੱਸੇ ਨੇ ਵੀਡੀਓ ਤੋਂ ਪਹਿਲੇ, ਉਮੀਦ ਕਰਨਾ ਕਿ ਦੋਸਤਾਂ ਨੂੰ ਰੇਟ ਵੀ ਪਸੰਦ ਹੁੰਦੇ, ਰੇਟ ਜ਼ਰਾ ਸੋਹਣੇ ਦੇਣੇ ਨੇ। ਦੋਸਤਾਂ ਨੂੰ ਸਭ ਤੋਂ ਪਹਿਲੇ ਆਪਣਾ ਤੇ ਆਪਣੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਇਹ ਜੇ ਡਿਫਰੈਂਸ ਰੋਡ ਫਤਿਹਗੜ੍ਹ ਏਜੰਸੀ ਦੇ ਨਾਲ ਹੈ ਨੂੜਾਬਾਦ ਮਹੱਲਾ, ਨੂੜਾਬਾਦ ਦੇ ਨਾਲ ਹੀ ਰਵੇਲਗੜ੍ਹਾ। ਠੀਕ ਹੈ, ਯਾਨੀ ਕਿ ਸਿਟੀ ਦੇ ਅੰਦਰ ਹੀ ਮੇਨ ਡਿਫੈਂਸ ਰੋਡ ਹੈ, ਜ਼ਿਲ੍ਹਾ ਸਿਆਲਕੋਟ, ਸਿਟੀ ਸਿਆਲਕੋਟ ਦੇ ਅੰਦਰ ਹੀ ਡੇਰਾ ਭਾਈ ਇਹਨਾਂ ਦਾ। ਤੇ ਨਾਲ ਦੱਸਿਆ ਜੀ ਨੂਰਾਬਾਦ ਦੇ ਨਾਲ ਮਹੱਲਾ ਕਿਹੜਾ? ਰਵੇਲਗੜ੍ਹਾ। ਠੀਕ ਹੈ, ਕਰੀਏ ਸ਼ੁਰੂ। ਕਰੋ। ਠੀਕ ਹੈ ਭਾਈ ਜਾਨ, ਲੈ ਕੇ ਆਓ ਜੀ। ਇਹ ਜਿਹੜੀ ਕਹਿ ਰਹੇ ਹੋ ਖਾਂਗੜ ਨੰਬਰ 1 ਤੋਂ ਜੀ ਲੈ ਆਓ। ਲਓ ਜੀ ਦੋਸਤਾਂ, ਚੈੱਕ ਕਰੋ ਜੀ ਮੱਝ ਨੰਬਰ 1, ਸਿਹਤ ਦੋਸਤਾਂ ਵੇਖ ਲੈਣੀ ਹੈ। ਇਹ ਦੁੱਧ ਵੀ ਹੈ ਇਹਦੇ ਕੋਲ ਤੇ ਗੱਭਣ ਵੀ ਹੈ ਜੀ। ਭਾਈ ਅਲੀ ਸਾਹਿਬ ਕਿੰਨਾ ਦੁੱਧ ਦੇ ਰਹੀ ਹੈ ਤੇ ਕਿੰਨੇ ਮਹੀਨੇ ਦੀ ਗੱਭਣ ਹੈ? ਭਾਈ ਫਰਾਜ਼ ਵਾਲੇ ਕੋਲ ਦੁੱਧ ਜੇ 8 ਕਿਲੋ ਦੁੱਧ ਜੇ ਤੇ 7 ਕਿਲੋ ਦਾਂਗੇ ਭਾਈ ਨੂੰ। ਠੀਕ ਹੈ, ਦੁੱਧ ਹੈ 8 ਕਿਲੋ ਵੇ, ਲੇਕਿਨ 7 ਕਿਲੋ ਦੀ ਗਰੰਟੀ ਹੋਏ ਦੀ। ਤੁਸੀਂ ਅਲੀ ਭਾਈ ਮੇਰੇ ਨਜ਼ਦੀਕ ਆਇਓ ਜ਼ਰਾ, ਇੱਥੇ ਜਾਨਵਰ ਜਗ੍ਹਾ ਥੋੜੀ ਹੈ, ਜਾਨਵਰ ਅੱਛੇ ਤਰੀਕੇ ਨਾਲ ਟੋਰਨ। ਇਹ ਪੁੱਠਾ ਦੋਸਤਾਂ ਚੈੱਕ ਕਰਨਾ, ਥਣ ਮੈਂ ਦੋਸਤਾਂ ਚੈੱਕ ਕਰਾਉਣਾ। ਸੁਬਹ ਕਿੰਨੇ ਵਜੇ ਚੁਆਈ ਕੀਤੀ ਹੈ? ਸੁਬਹ 6 ਵਜੇ। 6 ਵਜੇ ਹੁਣ ਟਾਈਮ ਦੋਸਤਾਂ ਨੂੰ ਦੱਸਨੇ ਆ ਭਾਈ, ਪੂਰੇ 4 ਹੋਏ ਨੇ, 4:01 ਮਿੰਟ ਹੋ ਗਿਆ ਜੀ। ਹੁਣ ਇਹ ਸੁਬਹ 6 ਵਜੇ ਦੀ ਚੁਆਈ ਹੋਈ ਹੈ, ਯਾਨੀ ਕਿ 12 ਘੰਟੇ ਮੁਕੰਮਲ ਨਹੀਂ ਹੋਏ। ਮੱਝ ਨੰਬਰ 1 ਹੈ, ਦੁੱਧ 8 ਕਿਲੋ ਤੇ 7 ਕਿਲੋ ਦੀ ਗਰੰਟੀ ਹੋਈ ਦੀ। ਤੇ ਅੱਗੂ ਕਿੰਨੇ ਮਹੀਨੇ ਦੀ ਗੱਭਣ ਹੈ? 5 ਮਹੀਨੇ ਦੀ ਗੱਭਣ ਦੀ। 5 ਮਹੀਨੇ ਦੀ ਕਨਫਰਮ ਗੱਭਣ? ਹਾਂਜੀ। ਉਹ ਦੱਸਣਾ ਜੇ ਕਿ ਅੱਗੇ ਦੋਸਤ ਦੀ ਮਰਜ਼ੀ ਭਾਈ ਜਾਨ, ਇਹ 7 ਕਿਲੋ ਦੁੱਧ 5 ਮਹੀਨੇ ਦੀ ਗੱਭਣ ਹੈ। ਖਾਂਗੜ ਮੱਝ ਪਿੱਛੇ ਜਾਇਆ ਹੈ ਕਿ ਨਹੀਂ? ਹਾਂਜੀ ਪਿੱਛੇ ਕੱਟਾ ਜੇ। ਠੀਕ ਹੈ, ਪਿੱਛੇ ਕੱਟਣਾ, ਦੋਸਤਾਂ ਨੂੰ ਵੀ ਚੈੱਕ ਕਰਾਉਣੇ ਆ। ਅਲੀ ਭਾਈ ਕਿੰਨਵਾਂ ਸੂਆ ਹੁਣ ਇਹਨੇ ਸੁਣਿਆ? ਇਹਨੇ ਤੀਸਰਾ ਸੂਆ। ਠੀਕ ਹੈ, ਖਲਾਰ ਭਾਈ ਜਾਨ, 2 ਸੂਏ ਸੂਈ ਹੈ, ਤੀਸਰਾ ਸੂਆ ਨੇ ਸੁਣਿਆ, ਪਿੱਛੇ ਦੇ ਕੱਟਿਆ, ਦੋਸਤਾਂ ਨੂੰ ਵੀ ਚੈੱਕ ਕਰਾ ਦਿੰਦੇ ਆ। ਚਿਹਰਾ ਦੋਸਤਾਂ ਫਿਰ ਵੇਖ ਲੈਣਾ, 7 ਕਿਲੋ ਦੁੱਧ ਦੀ ਗਰੰਟੀ ਤੇ 5 ਮਹੀਨੇ ਦੀ ਗੱਭਣ। ਥਣ ਦੋਸਤਾਂ ਚੈੱਕ ਕਰਨੇ ਨੇ, ਸੁਬਹ 6 ਵਜੇ ਚੁਆਈ ਹੋਈ ਹੈ, ਹੁਣ 4 ਵਜੇ ਇਹਨੇ ਦੋਸਤਾਂ ਨੂੰ ਟਾਈਮ ਵੀ ਦੱਸਿਆ, ਧੁੰਨੀ ਕੋਲ ਵੀ ਦੋਸਤਾਂ ਚੈੱਕ ਕਰ ਲੈਣਗੇ। ਠੀਕ ਹੈ ਭਾਈ ਜਾਨ, ਕੱਟਾ ਦਾ ਕਿੱਥੇ ਭਾਈ ਅਲੀ, ਉਹ ਵੀ ਚੈੱਕ ਕਰਾ ਦਿਓ। ਠੀਕ ਹੈ ਭਾਈ, ਇੱਕ ਚੱਕਰ ਲਵਾ ਕੇ ਬੰਦ ਹੋ ਤੁਸੀਂ ਮੱਝ। ਲਓ ਜੀ ਦੋਸਤੋ, ਮੁਕੰਮਲ ਨਜ਼ਾਰਾ ਕਰ ਲੈਣਾ, ਸਿਹਤ ਅੱਛੀ ਹੈ, ਨੰਬਰ 1 ਤੇ ਚੈੱਕ ਕਰਾਈਏ ਖਾਂਗੜ ਮੱਝ। ਠੀਕ ਹੈ, ਤੁਸੀਂ ਚੈੱਕ ਕਰਾ ਦਿੰਦੇ ਭਾਈ, ਕਿੱਥੇ ਜੇ ਜਾ ਰਹਾ? ਖਾਂਗੜ ਮੱਝ ਕੀਮਤ 2 ਲੱਖ, ਰੇਟ ਤਕਰੀਬਨ ਭਾਈ ਇਹਨਾਂ ਦੇ ਫਾਈਨਲ ਇਹ ਕੁਛ ਨਾ ਕੁਛ ਥੋੜਾ ਜਿਹਾ ਮਾਮੂਲੀ ਜਿਹਾ ਪਿਆਰ ਮੁਹੱਬਤ ਹੋਈ ਇਹਦਾ। ਇਹ 7 ਕਿਲੋ ਦੁੱਧ ਤੇ 5 ਮਹੀਨੇ ਦੀ ਗੱਭਣ ਦੇ ਪਿੱਛੇ ਜਾ ਰਹੀ ਹੈ। ਆ ਰੇਟ ਕੱਟੇ ਸਮੇਤ ਹੀ ਦੱਸਿਆ ਜੀ? ਹਾਂਜੀ। ਠੀਕ ਹੈ, ਇਹ ਰੇਟ ਮਾਸ਼ਾਅੱਲਾ ਮੇਰੇ ਨਜ਼ਦੀਕ ਅੱਛਾ ਹੈ। ਮਜ਼ੀਦ ਦੋਸਤ ਜਿਹੜੇ ਵੇਖਦੇ ਨੇ ਉਹ ਵੀ ਸਮਝਦਾਰ ਨੇ। ਅੱਗੇ ਆ ਗਈ ਹੈ ਜੀ ਮੱਝ ਨੰਬਰ 2, ਗੱਭਣ ਹੈ। ਹਾਂਜੀ, 7 ਮਹੀਨੇ ਦੀ ਗੱਭਣ। ਠੀਕ ਹੈ ਭਾਈ ਜਾਨ, ਖਲਾਰੇ ਉੱਥੇ ਜ਼ਰਾ, 7 ਮਹੀਨੇ ਦੀ ਗੱਭਣ ਹੈ। ਇਹ ਚਿਹਰਾ ਦੋਸਤਾਂ ਚੈੱਕ ਕਰਾਉਣੇ ਆ ਭਾਈ ਜਾਨ, ਚਿਹਰਾ ਤਾਂ ਸਾਹਮਣੇ ਕਰਿਓ। ਓਏ ਦੋਸਤਾਂ ਚੈੱਕ ਕਰ ਲਓ,
ਠੀਕ ਹੈ ਚੱਕਰ ਲਵਾ ਦਿਓ। 7 ਮਹੀਨੇ ਦੀ ਗੱਬਨ ਕਿਨਵਾ ਸੁਆ ਨੇ ਸੁਣਾ ਇਹਨੇ ਦੂਸਰਾ ਸੁਆ ਸੁਣਾ ਤੇ ਮੂੰਹ ਜੁਆ ਦੇ ਛਿੱਗੀ ਜੇ। ਠੀਕ ਹੈ ਇਹ ਚੈੱਕ ਕਰ ਲਓ ਜੀ, ਮੂੰਹ ਦੀ ਛਿੱਗੀ ਕੱਦ ਸੋਹਣਾ ਲੱਗਿਆ, ਹਾਈਟ ਦੋਸਤਾਂ ਵੇਖ ਲੈਣੀ ਹੈ, ਇਹ ਪੁੱਠਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ। ਦੂਸਰਾ ਸੁਆ ਸੁਣਿਆ ਤੇ ਭਾਈ ਅਲੀ ਉਹ ਜਿਹੜਾ ਦੱਸ ਦਿਓ ਪਿਆ ਵੀਡੀਓ ਤੋਂ ਪਹਿਲੇ ਕਿ ਥਾਣੇ ਇੱਕ, ਹਾਂਜੀ ਇੱਕ ਅਗਲਾ ਥਾਣਾ ਨਹੀਂ ਜਿਸ ਸਾਈਡ ਤੇ ਬਈਦਾ ਨਾ ਅਗਲਾ ਥਾਣਾ। ਠੀਕ ਹੈ ਅਗਲਾ ਥਾਣਾ ਜਿਸ ਸਾਈਡ ਤੇ ਬਈਦਾ ਉਹ ਥਾਣ ਇਹ ਨਹੀਂ ਤਿੱਲੜ ਹੈ, ਯਾਨੀ ਕਿ ਤਿੰਨ ਥਾਣ ਇਹ ਭਾਈ ਇਹਨਾਂ ਦੀ ਕੋਸ਼ਿਸ਼ ਹੈ ਗੱਲਬਾਤ ਜਿਹੜੀ ਹੈ ਦੋਸਤਾਂ ਨੂੰ ਮੁਕੰਮਲ ਦੱਸਣੀ। 7 ਮਹੀਨੇ ਦੀ ਗੱਭਣ ਹੈ, ਮੂੰਹ ਦੀ ਛਿੱਗੀ, ਦੂਸਰਾ ਸੁਆ ਨੇ ਸੋਣਾ ਤੇ ਪਿਛਲੇ ਸੂਏ ਦਾ ਕੀ ਕੋਈ ਰਿਕਾਰਡ ਦੱਸ ਦੇਖੋ ਪਏ ਪਹਿਲੇ ਬਈ ਫਰਾਦ ਦਾ। ਪਿਛਲੇ ਸੂਏ ਦਾ 12 ਤੋਂ 13 ਕਿਲੋ ਦੁੱਧ ਕਰਦੀ ਹੈ ਤਿੰਨ ਥਾਣਾਂ ਦਾ ਤੇ ਤਿੰਨਾਂ ਥਾਣਾਂ ਦਾ। ਹਾਂਜੀ ਠੀਕ ਹੈ ਲੋ ਦੋਸਤੋ, ਧੁਨੀ ਕੋਲ ਵੀ ਚੈੱਕ ਕਰ ਲੈਣੀ ਹੈ ਜੀ। ਪਿਛਲੇ ਸੂਏ ਯਾਨੀ ਕਿ ਪਹਿਲੇ ਸੂਏ ਤਿੰਨਾਂ ਥਾਣਾਂ ਦਾ 12 ਤੋਂ 13 ਕਿਲੋ ਦੁੱਧ ਕਰਦੀ ਰਹੀ, ਹੁਣ ਦੂਸਰਾ ਸੂਆ ਨੇ ਸੁਣਿਆ ਤੇ 7ਵਾਂ ਦੀ ਗੱਬਣ ਮੂੰਹ ਦੀ ਛਿੱਗੀ। ਪਹਿਲੇ ਸੂਏ ਤੁਹਾਡੇ ਕੋਲ ਹੀ? ਹਾਂਜੀ ਠੀਕ ਠੀਕ ਹੈ ਭਾਈ ਜਾਨ, ਮੈਨੂੰ ਅੱਗੋਂ ਨੰਬਰ 3 ਵਾਲੀ ਖੋਲੋ ਜੀ। ਭਾਈ ਅਲੀ ਮੱਝ ਨੰਬਰ 2 ਦਾ ਰੇਟ ਹੈ ਭਾਈ ਫਰਾਦ ਦਾ ਥਣ, ਜੇ ਕੋਈ ਪੜਾ ਕਾੜੀ ਕੜਾ ਹੋਏਗਾ ਨਾ ਤੇ ਕੱਢ ਲੇਗਾ ਸਹੀ। ਠੀਕ ਹੈ ਇਹਦਾ ਥਣ ਚੱਲਦਾ ਹੈ, ਰੇਸ਼ਾ ਤੇ ਪਾਣੀ ਆਉਂਦਾ ਵਿੱਚੋਂ ਤੇ ਇਹਦਾ ਰੇਟ ਜੇ 1,85,000। 1,85,000 ਠੀਕ, ਇਹ ਮੱਝ ਨੰਬਰ 2 ਸੀ, ਕੀਮਤ ਡਿਮਾਂਡ 1,85,000, 7 ਮਹੀਨੇ ਦੀ ਗੱਬਣ ਹੈ। ਅੱਗੋ ਭਾਈ ਜਾਨ ਲਿਆਓ ਜੀ ਮੱਝ ਨੰਬਰ 3, ਦੋ ਗਾਵਾਂ ਨੇ ਦੋਸਤਾਂ ਨੂੰ ਵੀ ਸ਼ੋਅ ਕਰਾਉਣੇ ਆ, ਸਾਰੇ ਦੋਸਤਾਂ ਕੀ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ। ਅੱਗੇ ਆ ਗਈ ਹੈ ਜੀ ਨੰਬਰ 3 ਤੇ, ਆ ਸੂਈ ਹੈ ਭਾਈ ਜਾਨ? ਹਾਂਜੀ ਤਾਜ਼ੀ ਸੂਈ ਹੈ। ਹਾਂਜੀ 1 ਮਹੀਨੇ ਦੀ ਸੂਈ। ਠੀਕ ਖਲਾਰ ਭਾਈ ਜਾਨ ਇੱਥੇ, ਲਓ ਜੀ ਦੋਸਤਾਂ ਚੈੱਕ ਕਰ ਲਓ, ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ, 1 ਮਹੀਨਾ ਹੋ ਗਿਆ। ਕਿਨਵਾਂ ਸੂਆ ਸੂਈ ਹੈ? ਪਹਿਲਾ ਸੂਆ ਸੂਈ ਹੈ ਪਹਿਲਾਂ। ਲਓ ਜੀ ਦੋਸਤੋ ਬਿੱਲੀਆਂ ਅੱਖਾਂ ਮਾਸ਼ਾਅੱਲਾ ਜੀ, ਦੋਵਾਂ ਅੱਖਾਂ ਦੀ ਰੰਗ ਸੇਮ ਹੈ, ਚਿਹਰਾ ਵੇਖ ਲੈਣਾ ਬਰੀਕ ਤੇ ਲੰਬਾਈ 'ਚ, ਪਹਿਲਾਂ ਝੋਟੀ ਮਹੀਨਾ ਕੋ ਹੋ ਗਿਆ ਥਣ। ਮੈਂ ਦੋਸਤਾਂ ਨੂੰ ਚੈੱਕ ਕਰਾਉਣਾ, ਸੋਹਣੀਆਂ ਵਿਰਲਾਂ ਤੇ ਲੱਗੇ ਨੇ। ਇਹ ਕਿੰਨਾ ਦੁੱਧ ਭਾਈ ਅਲੀ ਇਹਦੇ ਕੋਲ? ਬਈ ਫਰਾਦ ਦੇ ਕੋਲ 13 ਕਿਲੋ ਦੁੱਧ ਜੀ। 13 ਕਿਲੋ ਕੱਟੀ ਸਮੇਤ, ਇਹ ਦੋਵਾਂ ਟਾਈਮਾਂ ਦਾ ਟੋਟਲ ਪਿੱਛੇ ਦੇ ਕੱਟੀ ਹੈ, ਯਾਨੀ ਬੱਚੇ ਸਮੇਤ 13 ਕਿਲੋ ਦੁੱਧ। ਇਹ ਪਹਿਲਾਂ ਝੋਟੀ ਮਹੀਨਾ ਕੋ ਹੋ ਗਿਆ। ਇਹ ਜਾ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ, ਦੰਦ ਤੇ ਚੈੱਕ ਕੀਤੇ ਨੇ ਕਿ ਨਹੀਂ, ਕਿੰਨੇ ਦੰਦ? ਇਹ ਕੰਨੀਆਂ ਦੇ ਦੰਦ ਕੱਢਦੀ। ਠੀਕ ਹੈ ਛਿੱਗੀ ਤੋਂ ਕੰਨੀਆਂ ਦੇ ਕੱਢਦੀ ਹੈ ਵੀ, ਪਹਿਲਾ ਸੁਆ ਸੂਈ ਹੈ ਬਈ। ਲਵਾਇਓ ਚੱਕਰ, ਪੁੱਠਾ ਦੋਸਤਾਂ ਵੇਖ ਲੈਣਾ, ਸਿਹਤ ਅੱਛੀ ਹੈ ਮਾਸ਼ਾਅੱਲਾ ਜੀ। ਇਹ ਥਣ ਦੋਸਤਾਂ ਨੂੰ ਫਿਰ ਚੈੱਕ ਕਰਾਉਣੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਸਵੇਰ 6 ਵਜੇ ਦੀ ਚਵਾਈ ਹੋਈ ਜਾਂਦੀ ਫਿਰ ਬਾਅਦ ਵੀ ਨਜ਼ਰ ਆਉਂਦੇ ਨੇ ਤੇ ਥਣ ਦੋਸਤਾਂ ਫਿਰ ਵੇਖਣੇ ਨੇ ਮਾਸ਼ਾਅੱਲਾ ਜੀ, ਪੁੱਠਾ ਵੀ ਚੈੱਕ ਕਰਨਾ। ਇਹ ਚੀਜ਼ ਅੱਛੀ, ਪਹਿਲਾਂ ਝੋਟੀ ਛਿੱਗੀ ਤੋਂ ਕੰਨੀਆਂ ਦੇ ਕੱਢਦੀ ਹੈ ਵੀ ਮਾਸ਼ਾਅੱਲਾ ਜੀ। ਠੀਕ ਹੈ ਭਾਈ ਜਾਨ, ਇਹਨਾਂ ਜ਼ਰਾ ਸਾਈਡ ਤੇ ਕਰਿਓ, ਮੈਂ ਪਿੱਛੇ ਜਾ ਵੀ ਚੈੱਕ ਕਰਾ ਲਾਂ। ਕੱਟੀ ਉਹ ਸਾਹਮਣੇ ਵੀ? ਹਾਂਜੀ ਲਓ ਜੀ ਦੋਸਤੋ, ਇਹ ਚੈੱਕ ਕਰ ਲਓ ਜੀ, ਪਿੱਛੇ ਦੇ ਕੱਟੀ ਹੈ, ਕੱਟੀ ਵੀ ਦੋਸਤਾਂ ਚੈੱਕ ਕਰ ਲੈਣੀ। ਠੀਕ ਭਾਈ ਜਾਨ ਬੰਨੋ ਨੂੰ ਜੀ। ਭਾਈ ਅਲੀ ਝੋਟੀ ਨੰਬਰ 3 ਦਾ ਰੇਟ ਭਾਈ ਫਰਾਜ ਕੇ ਪੜਾ ਨੂੰ ਪਸੰਦ ਆਈ ਹੈ ਨਾ ਤੇ 2,90,000 ਰੁਪਇਆ। 2,90,000 ਹਾਂਜੀ ਦੁੱਧ ਟੋਟਲ ਦੋਵਾਂ ਟਾਈਮਾਂ ਦਾ 13 ਕਿਲੋ। ਹਾਂਜੀ ਠੀਕ ਹੈ ਲੋ ਦੋਸਤੋ, ਝੋਟੀ ਨੰਬਰ 3 ਸੀ, ਪਹਿਲਾਂ ਝੋਟੀ ਹੈ, ਪਿੱਛੇ ਦੇ ਕੱਟੀ ਹੈ, 13 ਕਿਲੋ ਦੁੱਧ ਮਹੀਨਾ ਕੋ ਗਿਆ, ਪਹਿਲਾਂ ਸੁਆ ਸੂਈ ਹੈ, ਕੀਮਤ ਡਿਮਾਂਡ 2,90,000 ਹੈ। ਨੀਲੀ ਦੇ ਬਟਨ ਵੀ ਦੋਸਤਾਂ ਚੈੱਕ ਕਰ ਲੈਣੇ, ਐਹ ਚੈੱਕ ਕਰੋ ਮਾਸ਼ਾਅੱਲਾ, ਸੋਹਣੇ ਥਣ ਲੱਗੇ ਨੇ ਸੋਹਣੀਆਂ ਵਿਰਲਾਂ ਤੇ। ਅੱਗੇ ਭਾਈ ਜਾਨ ਲਿਆਓ ਜੀ ਗਾਂ ਨੰਬਰ 1 ਆਈ ਲਿਆਓ। ਹੋਏ ਦੋਸਤੋ ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ, ਸੋਹਣੇ ਕਾਲੇ ਪਾਵਰਫੁਲ ਮੱਝਾਂ ਦੇ ਥਣ ਨੇ। ਕਿਨਵਾਂ ਸੁਆ ਭਾਈ ਅਲੀ ਇਹਦਾ? ਇਹਦਾ ਭਾਈ ਦੂਸਰਾ ਸੁਆ ਜੀ। ਠੀਕ ਹੈ, ਇਹ ਖਲਾਰ ਹੈ ਭਾਈ ਜਾਨ ਇੱਥੇ, ਚਿਹਰਾ ਸਾਹਮਣੇ ਕਰਿਓ ਮਾਸ਼ਾਅੱਲਾ ਜੀ, ਕੰਨ ਛੋਟਾ ਹੈ, ਮੋਟੀ ਅੱਖ, ਚਿਹਰਾ ਦੋਸਤਾਂ ਵੇਖ ਲੈਣਾ। ਕੀ ਨਸਲ ਹੈ ਅਲੀ ਸਾਹਿਬ ਦੀ? ਐਜੀ ਜਰਸੀ ਫਰੀਜ਼ੀਅਨ ਤੇ ਚੋਲਸਤਾਨੀ, ਮਾੜਾ ਜਿਹਾ ਕੜਾ। ਜਰਸੀ ਫਰੀਜ਼ੀਅਨ ਤੇ ਚੋਲਸਤਾਨੀ, ਇਹ ਦੂਸਰਾ ਸੁਆ ਸੂਈ ਹੈ। ਇਹ ਕਿੰਨਾ ਅਰਸਾ ਹੋ ਗਿਆ ਸੁਆਇਆਂ ਨੂੰ? ਇਹਨੂੰ ਸੁਆਇਆ ਹੋ ਗਿਆ ਜੀ 2.5 ਮਹੀਨੇ ਹੋ ਗਏ ਜੀ। ਠੀਕ ਹੈ 2.5 ਮਹੀਨੇ ਹੋ ਗਏ ਨੇ, ਸੇ ਦੋਸਤਾਂ ਵੇਖ, ਇੱਕ ਮਾਂ ਦੀ ਗੱਬਣ ਵੀ ਜੀ। ਠੀਕ ਹੈ, ਮਹੀਨਾ ਕੋ ਹੋ ਗਿਆ, ਕ੍ਰਾਸ ਕਰਾਈ ਹੈ, ਟੀਕਾ ਰਹਾ ਹੈ? ਨਹੀਂ ਬੱਚੇ ਕਰਾਈ। ਠੀਕ ਹੈ ਲੋ ਦੋਸਤੋ, ਦੂਸਰਾ ਸੁਆ ਸੂਈ ਹੈ, 2.5 ਮਹੀਨੇ ਹੋ ਗਏ ਨੇ ਭਾਈ, ਇੱਕ ਚੱਕਰ ਲਵਾਇਓ। ਗਾਂ ਨੰਬਰ 1 ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ, ਫਰੀਜ਼ੀਅਨ ਜਰਸੀ ਤੇ ਕੁਛ ਭਾਈ ਜੀ ਕਹਿ ਰਹੇ ਨੇ, ਚੋਲਸਤਾਨੀ ਕ੍ਰਾਸ ਮੁਕੰਮਲ ਨਜ਼ਾਰਾ ਕਰਨਾ। ਠੀਕ ਭਾਈ ਇੱਕ ਚੱਕਰ ਲਵਾਇਓ ਜ਼ਰਾ, ਇਹ ਕਿੰਨਾ ਦੁੱਧ ਅਲੀ ਸਾਹਿਬ ਦੇ ਕੋਲ? ਇਹਦੇ ਕੋਲ ਦੁੱਧ ਜੀ ਭਾਈ ਫਰਾਦ
14 ਕਿਲੋ ਬੱਚੇ ਸਮੇਤ ਹੀ ਜਾਂ ਬੱਚੇ ਨੂੰ ਭੁਲਾ ਕੇ? ਬੱਚੇ ਸਮੇਤ ਦੋਵਾਂ ਟਾਈਮਾਂ ਦਾ 14 ਕਿਲੋ। ਇੱਕ ਮਹੀਨਾ ਹੋ ਗਿਆ ਜੇ ਕੋਈ ਕ੍ਰਾਸ ਵੀ ਹੋ ਗਈ ਹੈ, 2.5 ਮਹੀਨੇ ਹੋਏ ਇਹਨਾਂ ਨੂੰ ਸੋਇਆ, ਦੂਸਰਾ ਸੂਆ ਸੂਈ ਹੈ ਤੇ ਜਾ ਕੇ ਪਿੱਛੇ ਦੇ ਬੱਚਾ ਦੋਸਤਾਂ ਵੇਖ ਲੈਣਾ, ਬੱਚੇ ਦਾ ਚਿਹਰਾ ਸਾਹਮਣੇ ਕਰੋ, ਚਲੋ ਉਧਰ ਚੈੱਕ ਕਰਾ ਦੇਣੇ। ਠੀਕ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਪਿੱਛੇ ਦੇ ਬੱਚਾ ਵੀ ਜਰਸੀ ਕਲਾਸ ਲੱਗਦਾ ਪਿਆ। ਕੀਮਤ 2,30,000, ਦੂਸਰਾ ਸੂਆ 2.5 ਮਹੀਨੇ ਹੋ ਗਏ ਨੇ, 14 ਕਿਲੋ ਦੁੱਧ। ਅੱਗੇ ਆ ਗਈ ਜੀ ਗਾਂ ਨੰਬਰ 2, ਲਓ ਜੀ ਦੋਸਤੋ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਸਿਹਤ ਜ਼ਰਾ ਮੱਠੀ ਹੈ ਜੀ ਅਤੇ ਨਸਲ ਛੀ ਹੈ, ਨਸਲ ਦਾ ਦੋਸਤਾਂ ਵੇਖਣੀ ਹੈ ਜੀ। ਭਾਈ ਅਲੀ ਕੀ ਤਫਸੀਲ ਹੈ ਜੀ? ਦੂਸਰਾ ਸੂਆ ਸੂਈ ਹੈ ਤੇ ਪਿੱਛੇ ਜਾ ਕੀ ਹੈ? ਜਰਸੀ ਫਰੀਜ਼ੀਅਨ ਤੇ ਕੁਛ ਚੁਲਸਤਾਨੀ ਕ੍ਰਾਸ। ਦੁੱਧ ਕਿੰਨਾ ਭਾਈ ਇਹਦੇ ਕੋਲ? ਮਜ਼ੀਦ ਕੁਛ ਨਾ ਕੁਛ ਪਿਆਰ ਮੁਹੱਬਤ ਥੋੜਾ ਬਹੁਤ ਹੋਈਗਾ ਕਿਰਾਇਆ ਭਾੜਾ? ਠੀਕ, ਇਹ ਦੁੱਧ 13 ਕਿਲੋ ਵੇ, ਨਸਲ ਜ਼ਾਤ 6 ਹੈ, ਦੂਸਰਾ ਸੂਆ ਸੂਈ ਹੈ, ਕੀਮਤ 1,85,000। ਚਿਹਰਾ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ, ਫਰੀਜ਼ੀਅਨ ਜਰਸੀ ਤੇ ਕੁਛ ਚੁਲਸਤਾਨੀ। ਅੱਗੇ ਭਾਈ ਲੈ ਆਵੋ ਜੀ ਬੱਚੀ, ਆ ਬੱਚੀ ਖੀਰੀ ਹੈ ਜਾਂ ਦੁੰਦੀ ਹੈ? ਖੀਰੀ ਹੈ ਦੇ। ਖੀਰੀ ਕਿੰਨੀ ਕੁ ਉਮਰ? ਇਹਦੀ ਉਮਰ ਹੈ ਜੇ ਕੋਈ 15 ਸਾਲ। ਠੀਕ, 15 ਕੁ ਮਹੀਨੇ ਦੀ ਉਮਰ ਹੈ, 15-16 ਮਹੀਨੇ। ਠੀਕ, 15-16 ਮਹੀਨੇ ਉਮਰ, ਖੀਰੀ ਬੱਚੀ ਹੈ। ਪ੍ਰਿੰਟ ਦੋਸਤਾਂ ਵੇਖ ਲੈਣਾ, ਨਸਲ ਵੀ ਅੱਛੀ ਹੈ ਭਾਈ, ਇੱਥੇ ਖਿਲਾ ਰਿਹਾ। ਦੱਸ ਦਿਓ ਕਿ ਕ੍ਰਾਸ ਹੋਈ ਹੈ? ਹਾਂਜੀ, 1 ਮਹੀਨਾ ਹੋਇਆ। ਮਹੀਨਾ ਕੁ ਹੋ ਗਿਆ, ਖੁਦ ਕਰਾਈਏ? ਹਾਂਜੀ। ਲਓ ਦੋਸਤੋ ਚਿਹਰਾ ਦਾ ਵੇਖ ਲੈਣਾ ਮਾਸ਼ਾਅੱਲਾ, ਇਹ ਜਸਾਮਤ ਚੈੱਕ ਕਰ ਲੈਣੀ ਹੈ ਜੀ। 15-16 ਮਹੀਨੇ ਉਮਰ ਹੈ ਅਤੇ ਖੀਰੀ ਬੱਚੀ, ਅਤੇ ਇਹ ਵੀ ਸੀਲ ਸ਼ਰੀਫ ਆ, ਚੈੱਕ ਕਰ ਲਓ ਜੀ। ਤੁਹਾਨੂੰ 4 ਹੀ ਨੇ ਕਿ ਉੱਤੇ ਥੱਲੇ ਨੇ? ਨਹੀਂ, 4 ਜੇ ਤੁਹਾਨੂੰ। ਠੀਕ ਹੈ ਭਾਈ, ਟੋਰੇ ਭਾਈ ਅੱਗੇ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ। ਠੀਕ ਹੈ ਭਾਈ ਟੋਰੇ, ਇਹ ਜਰਸੀ ਕ੍ਰਾਸ ਹੈ? ਚੁਲਸਤਾਨੀ ਤੇ ਫਰੀਜ਼ੀਅਨ। ਠੀਕ ਹੈ, ਕੀ ਰੇਟ ਹੈ ਭਾਈ ਇਹਦਾ? 1,10,000। ਠੀਕ ਹੈ, ਲਓ ਜੀ ਦੋਸਤੋ ਇਹ ਖੀਰੀ ਬੱਚੀ ਹੈ, 1 ਮਾਹ ਦੀ ਗੱਬਾਂ ਨੇ ਕ੍ਰਾਸ ਹੋਈ ਹੈ, ਲੇਕਿਨ ਉਹਦੀ ਗਰੰਟੀ ਨਹੀਂ ਹੈ ਦੋਸਤਾਂ ਦੀ ਕਿਸਮਤ ਹੈ। ਅਤੇ ਕੀਮਤ ਦੀ 1,10,000 ਫਰੀਜ਼ੀਅਨ, ਅਤੇ ਦੱਸਿਆ ਜੀ ਚੁਲਸਤਾਨੀ। ਠੀਕ ਹੈ, ਹੋਰ ਕੋਈ ਪੈਗਾਮ ਦੇਣਾ ਕਿ ਇਜਾਜ਼ਤ ਲਈਏ? ਸਾਰਿਆਂ ਭਰਾਵਾਂ ਨੂੰ ਅਸਲਾਮ ਅਲੈਕੁਮ, ਅਤੇ
ਪਿਆਰ ਮੈਂ ਬਜਰਾ ਨਾ ਥੋੜਾ ਬਹੁਤਾ ਹੋਈਏਗਾ ਠੀਕ ਹੈ ਬਹੁਤਾ ਨਹੀਂ ਹੋਣਾ ਹਾਂਜੀ ਚਲੋ ਮਿਹਰਬਾਨੀ ਯਾਨੀ ਕਿ ਤੁਸੀਂ ਰੇਟ ਕੋਸ਼ਿਸ਼ ਕੀਤੀ ਹੈ ਕਿ ਫਾਈਨਲ ਫਾਈਨਲ ਆਏ ਨੇ ਬਹੁਤ ਸ਼ੁਕਰੀਆ ਬਾਈ ਅਲੀ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ ਸਾਰੇ ਦੋਸਤਾਂ ਕੀ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼।